ਤੁਹਾਨੂੰ ਨਾ ਮੈਂ ਹਾਟ ਦਿਖਾਉਣੀ ਆ ਮੱਧ ਪ੍ਰਦੇਸ਼ ਦੇ ਵਿੱਚ। ਮਤਲਬ ਇੱਦਾਂ ਇੱਕ ਹਾਟ ਮਤਲਬ ਬਾਜ਼ਾਰ ਲੱਗਦਾ ਹੁੰਦਾ ਛੋਟਾ ਜਿਹਾ। ਮਤਲਬ ਹਰ ਹਫ਼ਤੇ ਕੋਈ ਕਿਸੇ ਸ਼ਹਿਰ ਦੇ ਵਿੱਚ ਸੋਮਵਾਰ ਅਤੇ ਕਿਸੇ ਸ਼ਹਿਰ ਦੇ ਵਿੱਚ ਸ਼ੁੱਕਰਵਾਰ ਅਤੇ ਕਿਤੇ ਵੀਰਵਾਰ ਮਤਲਬ ਲੱਗਣਾ ਹੀ ਲੱਗਣਾ। ਇਹ ਫਤਿਹਗੜ੍ਹ ਆ ਗੁਣਾ ਜ਼ਿਲ੍ਹਾ ਦੇ ਵਿੱਚ, ਉੱਥੇ ਤੁਹਾਨੂੰ ਮੈਂ ਦਿਖਾ ਰਿਹਾ ਮਾਹੌਲ। ਲੋਕ ਇੱਥੋਂ ਕੀ ਆ ਕਿ ਸਸਤੇ ਭਾਅ 'ਚ ਸਮਾਨ ਖਰੀਦਦੇ, ਲੋਕ ਦੁਕਾਨਾਂ ਲਾਉਂਦੇ, ਜਿਵੇਂ ਆਹ ਸਾਹਮਣੇ ਝਾੜੂ ਖਰੀਦ ਕੇ ਲਿਆ ਰਿਹਾ ਕੋਈ, ਹੈ ਨਾ, ਚੱਪਲਾਂ ਦੀਆਂ ਦੁਕਾਨਾਂ ਲੱਗੀਆਂ ਵਾ। ਬਾਜ਼ਾਰ ਇਸ ਕਿਸਮ ਦੇ ਕਈ ਰੂਪਾਂ 'ਚ ਲੱਗਦੇ ਆ, ਜਿਵੇਂ ਕਿ ਦਿੱਲੀ ਦੇ ਵਿੱਚ ਵੀ ਲੱਗਦੇ ਆ ਨਾ ਕਈ ਬਾਜ਼ਾਰ, ਉਵੇਂ ਇੱਥੇ ਹਰ ਚੀਜ਼ ਦਾ ਮਤਲਬ ਲੋਕ, ਕਿਉਂਕਿ ਇੱਥੇ ਜਿਹੜੇ ਸਮਾਜ ਆ ਜ਼ਿਆਦਾ ਗਰੀਬੀ ਰੇਖਾ ਤੋਂ ਥੱਲੇ ਵਾਲੇ ਆ, ਤਾਂ ਉਹਨਾਂ ਵਾਸਤੇ ਸਮਾਜ ਹੁੰਦਾ। ਮੈਂ ਕਿਉਂ ਨਾ ਕਿ ਮੈਂ ਕਿਹਾ ਫਿਲਮਾਵਾਂ ਇਹਨੂੰ, ਤਾਂ ਉਸੇ ਤਹਿਤ ਮੈਨੂੰ ਮਾਮਾ ਜੀ ਇੱਧਰ ਗੇੜਾ ਲਵਾਉਣ ਲੈ ਕੇ ਆਏ ਆ। ਤੂੰ ਮਾਮਾ ਜੀ, ਅਤੇ ਮਾਮਾ ਜੀ ਸੋਮਵਾਰ ਹੀ ਲੱਗਦਾ ਹੁੰਦਾ ਇਹ? ਅਤੇ ਹੋਰ ਵੀ ਲੱਗਦਾ ਕਿਤੇ? ਸ਼ੁੱਕਰਵਾਰ ਬਿਸ਼ਨਪੁਰੇ। ਸ਼ੁੱਕਰਵਾਰ ਬਿਸ਼ਨਪੁਰੇ, ਹੈ ਨਾ। ਹਾਂ, ਜਿਵੇਂ ਕੋਈ ਕਿਸਾਨ ਆ ਛੋਟਾ ਮੋਟਾ, ਹੈ ਨਾ, ਉਹ ਆਪਦੀ ਸਬਜ਼ੀ ਲੈ ਕੇ ਆ ਗਿਆ। ਇਹ ਲੈ, ਆਹ ਤੁਸੀਂ ਦੇਖ ਸਕਦੇ ਹੋ ਸਬਜ਼ੀ ਲੈ ਕੇ ਆਇਆ, ਕੋਈ ਟਮਾਟਰ ਜਿਹੇ ਜਿਹੇ ਸੀਗੇ। ਮਤਲਬ ਹਰ ਚੀਜ਼ ਤੁਹਾਨੂੰ ਇੱਥੋਂ ਮਿਲ ਜੂਗੀ, ਛੱਲੇ ਮੁੰਦੀਆਂ ਗਾਨੀਆਂ ਇਹ ਵੀ ਤੁਹਾਨੂੰ ਇੱਥੋਂ ਮਿਲ ਜਾਣਗੀਆਂ। ਆਪਾਂ ਵੀ ਲੈ ਕੇ ਚੱਲੀਏ ਸਬਜ਼ੀ ਸੁਬਜ਼ੀ ਇੱਥੋਂ? ਆਪਾਂ ਵੀ ਲੈ ਕੇ ਚੱਲਦੇ ਹਾਂ। ਆਹ ਲੈ, ਤੁਹਾਨੂੰ ਵੀਡੀਓ ਤੋਂ ਉਹਨਾਂ ਦੇ ਪਹਿਰਾਵੇ ਤੋਂ ਹੀ ਜੱਜ ਹੋ ਰਿਹਾ ਹੋਊਗਾ ਵੀ ਆਰਥਿਕ ਹਾਲਤਾਂ ਦਾ। ਹਾਂ ਦੇਖੋ ਇੱਧਰ, ਪਰ ਇਹਨਾਂ ਕੋਲ ਫਿਰ ਵੀ ਖੁਸ਼ ਨੇ ਲੋਕ, ਮਤਲਬ ਆਪਦੇ ਉਨਾਂ ਕੁ ਕਰਦੇ ਉਨਾਂ ਕੁ ਖਾ ਲੈਂਦੇ ਆ। ਖੁਸ਼ੀ ਦਾ ਪੈਮਾਨਾ ਨਹੀਂ ਕੀ ਹੁੰਦਾ ਵੀ ਕਿੰਨਾ ਖੁਸ਼ ਆ, ਕਿਵੇਂ ਨਾਪਿਆ ਜਾ ਸਕਦਾ। ਬੜੀ ਦੌੜ ਭੱਜ ਨਹੀਂ ਸਾਦੀ ਜ਼ਿੰਦਗੀ ਰੱਖਣਾ ਪਸੰਦ ਕਰਦੇ ਆ। ਝੱਗਾ ਚੁੰਨੀ ਕੱਪੜੇ ਪਾ ਕੇ ਦੇਖ ਰਿਹਾ ਆ ਝੋਲੇ ਇੱਥੋਂ ਦੇ। ਇੱਕ ਛਾਗਣਾਂ ਹੁੰਦੀਆਂ ਸੀ ਅੱਗੇ ਪਾਣੀ ਵਾਸਤੇ, ਹੈ ਨਾ, ਉਹ ਨਹੀਂ ਦੇਖੀਆਂ ਮੈਂ। ਇੱਕ ਨਾ ਮੈਂ ਉਹ ਲੈਣੀ ਆ ਜਿਹੜੀ ਉਹ ਹੁੰਦੀ ਨਹੀਂ ਗੀ ਉਹ ਕੀਤਲੀ ਜੀ ਚਾਹ ਵਾਲੀ, ਉਹ ਲੈਣੀ ਯਾਰ, ਉਹ ਮੈਨੂੰ ਬਹੁਤ ਚੰਗੀ ਲੱਗਦੀ ਆ। ਆ ਛੋਟੇ ਛੋਟੇ ਠੇਲੇ ਇਹਨਾਂ ਚੀਜ਼ਾਂ ਦੇ, ਚਾਹ ਚੂਹ ਪੀਣ ਦਾ ਵੀ ਸਵਾਦ ਆ। ਆ ਬੱਚੇ ਲਈ ਜਾਂਦੇ ਆ, ਆਦਿਵਾਸੀ ਸਮਾਜ ਵੀ ਇੱਥੇ ਜ਼ਿਆਦਾ, ਹੈ ਨਾ ਮਾਮਾ। ਆ ਲਓ ਘੜਾ ਲਈ ਜਾਂਦਾ, ਲੈ ਗਰਮੀ ਦਾ ਪ੍ਰਬੰਧ ਕਰੀ ਜਾਂਦਾ ਜਵਾਕ। ਆ ਘੜੇ ਇਹ ਆ ਕੀ ਆ ਦੇਖਾਂ ਮੈਂ, ਆ ਘੜੇ ਹੋ ਗਏ। ਆਹ ਕੀ ਆਹ ਮਿੱਟੀ ਦਾ ਤਵਾ ਹੋ ਗਿਆ, ਹੈ ਨਾ, ਉਹ ਗੋਲਖ ਹੋ ਗਈ। ਅਤੇ ਉਹ ਅੱਛਾ ਸ਼ਰਾਬ ਦਾਰੂ ਕੱਢਣ ਵਾਸਤੇ ਕੁੰਡੀ। ਲੈ ਬਈ ਆਹ ਦਾਲਾਂ ਮਸਾਲੇ ਮਸਾਲੇ ਪਏ ਹੋਏ ਤੁਹਾਨੂੰ ਇੱਥੇ ਨਜ਼ਰ ਆ ਜਾਣਗੇ, ਦੇਖ ਸਕਦੇ। ਲੈ ਇੱਦਾਂ ਬਾਜ਼ਾਰ ਦੇ ਵਿੱਚ ਮਸਾਲੇ ਆਉਂਦੇ ਆ, ਛੁਹਾਰੇ ਛੁਹਰੇ ਕਾਜੂ ਕੀ ਕਈ ਮਸਾਲੇ ਕਿਸਮਾਂ ਦੇ, ਹੈ ਨਾ, ਸਾਰੀਆਂ ਚੀਜ਼ਾਂ ਪਈਆਂ ਮੇਰੇ ਨਜ਼ਰ ਆ ਜਾਣਗੀਆਂ। ਅਤੇ ਆਓ ਚਲੇ ਅੱਗੇ, ਚਲ ਗਏ ਚਲ ਗਏ ਅੱਗੇ, ਆ ਜਾਓ ਆ ਜਾਓ। ਆਹ ਵੀ ਘੜੇ ਪਏ, ਵੱਖਰੀ ਜਿਹੀ ਚੀਜ਼ ਦਿਖਾਓ ਮਾਮਾ ਜੀ, ਇੱਥੇ ਕੋਈ ਵੱਖਰੀ ਜਿਹੀ ਚੀਜ਼। ਇਹ ਕੀ ਹੈ? ਚਾਹ ਪੱਤੀ ਵੇਚ ਰਿਹਾ। ਇਹ ਬਹੁਤ ਪੁਰਾਣਾ ਹੋਊਗਾ ਬਾਜ਼ਾਰ, ਹੈ ਨਾ, ਤੁਹਾਡੀ ਸਰ ਤੋਂ ਕਿੰਨੇ ਚਿਰ ਪਹਿਲਾਂ ਦਾ? ਹੈ ਨਾ, ਤੁਹਾਡੀ ਉਮਰ ਕਿੰਨੀ ਹੋ ਗਈ? ਮੈਂ ਕਹਿੰਦਾ 45 ਸਾਲ ਦਾ ਹੋਊਗੀ। 44 ਸਾਲ ਦੀ ਉਮਰ ਤੁਹਾਡੀ ਉਦੋਂ ਪਹਿਲਾਂ ਦਾ? ਹੈਂ, ਕਲਾਕੰਦ ਬਰਫੀ 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 ਆ ਬਰਫੀ ਵਗੈਰਾ, ਖਾਣ ਪੀਣ ਦਾ ਪ੍ਰਬੰਧ। ਲੈ ਪਕੌੜੀ ਰਿਓੜੀ ਵਿਕੀ ਜਾਂਦੀ ਆ, ਜਿਵੇਂ ਇਹ ਮੇਲਾ ਹੀ ਕਹਿ ਲਓ ਯਾਰ, ਇੱਕ ਮੇਲਾ ਲੱਗਦਾ ਹਫ਼ਤੇ ਵਾਧੋ ਹੀ ਮੇਲਾ ਲੱਗਦਾ ਵਾ, ਜਿੱਥੇ ਦੂਰੋਂ ਨੇੜੋਂ ਦੇ ਕਿਸਾਨ ਮਤਲਬ ਪਹੁੰਚਦੇ ਆ। ਆਹ ਦੇਖ ਸਕਦੇ ਇੱਧਰਲੇ ਪਾਸੇ ਵੀ, ਇੱਧਰ ਸੌਦੇ ਪੱਤੇ ਦਾ ਸਸਤੇ ਭਾਅ ਦਾ। ਆਹ ਦੇ ਸੈਂਪਲ ਚੈੱਕ ਕਰਾਈ ਜਾਂਦਾ, ਪਤਾ ਨਹੀਂ ਕਾਹਦਾ। ਓਕੇ ਲੈ ਸੈਂਪਲ ਚੈੱਕ ਕਰਾਈ ਜਾਂਦਾ, ਘੀ ਕਿਆ ਹੈ ਇਹ? ਘੀ ਚੈੱਕ ਕਰਾ, ਘੀ ਠੀਕ ਹੈ, ਥੈਂਕ ਯੂ, ਆ ਜਾਓ। ਘਿਓ ਸੀ ਸੈਂਪਲ ਚੈੱਕ ਕਰਾਉਣ ਨੂੰ। ਆਹ 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 ਹੈਗੀ ਆ ਮਤਲਬ ਉਹ ਪਾਪੜ ਬੜੀਆਂ ਬੜੀਆਂ ਭੁੰਨ ਕੇ ਖਾਣ ਵਾਲੇ, ਹੈ ਨਾ, ਤਾਂ ਦਾਲਾਂ ਪਈਆਂ। ਲੈ ਡਾਂਗ ਰੱਖੀਏ ਤਾਂ ਗਾਈਆਂ ਆ ਜਾਂਦੀਆਂ ਵਾ। ਬਰਤਨ ਵਾਲੇ ਵੀ ਪਏ, ਲੈ ਬਰਤਨ ਵੀ ਮਿਲ ਜਾਣਗੇ। ਲੈ ਬਰਤਨ ਵੀ ਪਏ, ਤੁਹਾਨੂੰ ਦੱਸ ਜਾਣਗੇ ਇੱਥੇ। ਕਾਫੀ ਲੰਬਾ ਚੌੜਾ ਵਾ, ਹੈ ਨਾ, ਮੰਡੀ ਅਲੱਗ ਆ ਇੱਕ, ਫਸਲਾਂ ਜਿੱਥੇ ਫਸਲਾਂ ਵੇਚਦੇ ਆ
ਉੱਥੇ ਵੀ ਹਰ ਹਫ਼ਤੇ ਫਸਲ ਵੇਚਣ ਲੋਕ ਆਉਂਦੇ ਆ। ਅੱਜ ਅਸੀਂ ਵੀ ਇੱਥੇ ਥੋੜ੍ਹਾ ਜਿਹਾ ਕੁਛ ਵੇਚਣ ਆਏ ਸੀ ਮਾਮੇ ਨਾਲ, ਅਤੇ ਝਾੜੂ ਖਰੀਦ ਲਏ ਭਾਈ ਇਹਨਾਂ ਨੇ ਵੀ। ਆਹ ਕੀ ਹੈ, ਜੇ ਕਿਆ ਹੈ, ਸਿੰਘਾੜਾ ਸਿੰਘਾੜਾ ਸਿੰਘਾੜਾ, ਇਹ ਅੰਮ੍ਰਿਤਸਰ ਵੱਲ ਖੇਤੀ ਹੁੰਦੀ ਆ। ਓਕੇ ਆ ਜਾਓ ਆ ਜਾਓ, ਆਹਦਾ ਥਾਣਾ ਲੱਗਦਾ ਮੈਨੂੰ ਕਿ ਨਹੀਂ, ਰੇਂਜ ਬਸ ਜੰਗਲੀ ਏਰੀਆ ਦਾ ਫੜੇ ਹੈ ਨਾ, ਹਾਂ ਜੰਗਲ ਫੜੇ ਸੀ, ਉਹ ਜੰਗਲੀ ਟਰੈਕਟਰ ਫੜੇ ਉਹਨਾਂ ਦੇ ਜਿਹੜੇ ਜੰਗਲ ਦੀ ਪੱਟ ਪਟਿਆ ਕਰਕੇ ਜ਼ਮੀਨ ਬਣਾਉਂਦੇ ਸੀ ਮਸਾਲੇ। ਹੋਰ ਦੇਖੇ ਅੱਗੇ ਚੱਲਦੇ ਹਾਂ, ਆਪਾਂ ਚੱਲਦੇ ਜਾਂਦੇ ਹਾਂ ਕੀ ਵਰਾਇਟੀ ਆ। ਰੋ ਵਾਲਾ ਜਗਾੜਮੈਂਟ ਖੜ੍ਹਾ, ਇਹ ਮੇਲਾ ਹੀ ਆ ਇੱਥੋਂ ਦਾ, ਆਹ ਡਰੈਸ ਇਹਨਾਂ ਦਾ ਧੋਤੀ ਕੁੜਤਾ, ਇੱਥੋਂ ਇਹਨਾਂ ਦਾ ਡਰੈਸ ਕੋਡ ਆ ਇਹਨਾਂ ਦਾ। ਆਹ ਦੇਖੋ ਨਿੱਕੀਆਂ ਨਿੱਕੀਆਂ ਦੁਕਾਨਾਂ ਲੱਗ ਲਈਆਂ, ਅੱਥਰ ਤੱਕ ਸ਼ਾਮ ਤੱਕ ਚੱਲੂਗਾ, ਸ਼ਾਮ ਤੱਕ। ਇੱਥੋਂ ਦੇ ਲੋਕ ਮੈਨੂੰ ਲੱਗਦਾ ਜ਼ਿਆਦਾ ਅੰਗੂਰ ਅਤੇ ਅੰਬ ਖਾ ਕੇ ਰਾਜੀ ਆ, ਹੈ ਨਾ। ਮੈਂ ਜਿੰਨੀ ਵਾਰੀ ਵੀ ਆਇਆ ਨਾ, ਹਰ ਮੌਸਮ 'ਚ ਇੱਥੋਂ ਲੋਕ ਅੰਗੂਰ ਅਤੇ ਅੰਬ ਇਹਨਾਂ ਨੂੰ ਤਰਜੀਹ ਵਾਲੀ ਦਿੰਦੇ। ਲੈ ਗੰਢੇ ਖਾ ਗਈ, ਓਹੋ ਚਲੋ ਹਾਂ ਇੱਧਰਲੇ ਪਾਸੇ ਆ ਗਏ ਆਪਾਂ। ਇਹ ਸਬਜ਼ੀ ਮੰਡੀ ਚੱਲ ਪਈ, ਚਲੋ ਸਬਜ਼ੀਆਂ ਦੇਖਦੇ ਹਾਂ ਕੀ ਆ। ਉਹ ਪਹਿਲਾਂ ਕਰਿਆਨੇ ਦਾ ਸਮਾਨ ਸੀ, ਆਹ ਫਲੀਆਂ ਕਾਹਦੀਆਂ ਪਈਆਂ, ਆਹ ਕਾਹਦੀ ਸਬਜ਼ੀਆਂ ਨਾ ਭੁੱਲ ਗਿਆ, ਕਿੰਨੂ ਮਾੜੇ ਆ, ਸੰਤਰੇ ਮਾੜੇ ਆ ਇਹਨਾਂ ਦੇ, ਮਤਲਬ ਰੋਲੇ ਜੇ ਵਾਧਾ ਪੰਜਾਬ ਦੇ ਮੁਕਾਬਲੇ ਨਹੀਂ ਗਾ ਗੱਲ। ਆਪਾਂ ਸਬਜ਼ੀ ਮੰਡੀ 'ਚ ਐਂਟਰ ਕਰ ਚੁੱਕੇ ਹਾਂ, ਆਹ ਸਬਜ਼ੀ ਮੰਡੀ ਆ ਗਈ, ਅਨਾਰ ਪਏ ਆ, ਅਨਾਰ ਲੈ ਲਾਂਗੇ। ਕਿਆ ਰੇਟ ਹੈ ਭਾਈ ਸਾਹਿਬ ਅਨਾਰ ਕਾ? 100 ਰੁਪਏ ਕਿਲੋ, ਲੈ ਲਓ ਫਿਰ ਤੁਸੀਂ ਲਓ, ਹੈ ਲੈ ਲਓ। ਅੰਗੂਰ ਲੈ, ਮੈਨੂੰ ਲੱਗਦਾ ਅੰਗੂਰ ਲੈ ਲਓ ਯਾਰ ਜ਼ਿਆਦਾ, ਸਾਨੂੰ ਤਾਂ ਅਨਾਰ ਅਨਾਰ ਲੈ, ਅਨਾਰ ਵੀ ਲੈ ਲਓ, ਉਹ ਵੀ ਲੈ ਲਓ, ਤੁਸੀਂ ਕਰੋ ਸੌਦਾ, ਮੈਂ ਗੇੜਾ ਦੇ ਕੇ ਆਉਣਾ। ਅਤੇ ਆਹ ਦੇਖੋ ਲੈ, ਲਾਲ ਮਿਰਚ ਮਸਾਲਾ ਵਾਸਤੇ, ਅਤੇ ਅੱਗੇ ਦੇਖੀਏ ਆਹ ਕੀ ਕਰੀ ਜਾਂਦਾ, ਤੇਲ ਰਿਫਾਇੰਡ, ਆਹ ਦੇ ਸਬਜ਼ੀ ਮੰਡੀ, ਕਰੇਲੇ ਕਰੂਲੇ ਕਈ ਕੁਛ ਰੱਖੀ ਬੈਠੇ ਆ। ਬਈਏ ਜੇ ਕਿਆ, ਜੇ ਫਲੀਆਂ ਕਿਸ ਚੀਜ਼ ਕੀ ਹੈ, ਹੈਂ ਸੇਨੇ ਕੀ ਸੇਜਨੇ, ਠੀਕ ਹੈ, ਪਤਾ ਨਹੀਂ ਕੀ ਆ, ਮੈਨੂੰ ਸਮਝ ਨਹੀਂ ਲੱਗੀ, ਬਸ ਅੰਦਾਜ਼ੇ ਦੇ ਨਾਲ ਹੀ, ਕਿਉਂਕਿ ਨਾ ਲੋਕਲ ਭਾਸ਼ਾ ਇਹਨਾਂ ਦੀ ਵੱਖਰੀ ਆ। ਬਈਆ ਜੇ ਕਿਆ ਹੈ, ਹੈਂ ਕਿਆ ਕਰਤੇ ਇਸਕਾ, ਸਬਜ਼ੀ ਬਣਤੀ ਇਸਕੀ, ਹਾਂ ਇਹ ਵੀ ਕੋਈ ਹੈਗੀ ਜੜੀ ਬੂਟੀ ਹੋਈ ਸਬਜ਼ੀ ਬਣਦੀ ਆ। ਆਹ ਮੰਡੀ ਆ ਗਈ, ਇੱਥੋਂ ਤੱਕ ਆ ਮੰਡੀ, ਚੁਕੰਦਰ ਚੁਕੁੰਦਰ ਪਏ ਨਜ਼ਰ ਆ ਜਾਣਗੇ, ਲਾਲ ਮਿਰਚ ਕਟਹਲ, ਉਹ ਪਏ ਮੀਟ ਵਰਗੀ ਸਬਜ਼ੀ ਬਣਦੀ ਆ ਇਹਦੀ, ਆਹ ਚੀਜ਼ ਦੀ। ਆਹ ਮੰਡੀ ਵਾਹਵਾ ਦੂਰ ਆ, ਬਹੁਤ ਵਿਸ਼ਾਲ ਦੂਰ ਤੱਕ ਆ, ਲੈ ਕਾਫੀ ਦੂਰ ਤੱਕ ਆ। ਆ ਜਾਓ ਇੱਧਰ ਦੇਖ ਕੇ ਆਈਏ। ਇੱਕ ਹੋਰ ਤੁਹਾਨੂੰ ਵੱਡੀ ਗੱਲ ਦੱਸਦੇ ਹਾਂ, ਸਾਹਮਣੇ ਕਿਲਾ ਵੀ ਲੱਭ ਗਿਆ, ਆਹ ਕਿਲਾ ਵੀ ਮੈਂ ਫਲਮਾ ਕੇ ਨਾ ਅਲੱਗ ਤੋਂ ਦਿਖਾਊਂਗਾ, ਇਹਦਾ ਇਤਿਹਾਸ ਨਹੀਂ ਮੈਨੂੰ ਲੱਭਿਆ ਅਜੇ ਤੱਕ ਯਾਰ, ਇਹ ਕੋਈ ਲੋਕਲ ਬਣਾ ਕੇ ਰੱਖਿਆ ਪਿਆ, ਇਹਦਾ ਮੈਨੂੰ ਇਤਿਹਾਸ ਨਹੀਂ ਲੱਭਿਆ ਕਦੇ। ਕੋਸ਼ਿਸ਼ ਮੇਰੀ ਆ ਰਹੀ ਹੈ ਵੀ ਕਿਸੇ ਕਿਤਾਬ 'ਚੋਂ ਲੱਭੇ, ਫਤਿਹਗੜ੍ਹ ਹੈ ਗੁਨੇ ਜ਼ਿਲ੍ਹੇ ਦੇ ਵਿੱਚ ਅਸੀਂ। ਆਹ ਦੇਖੋ ਕਿਲਾ ਦੇਖ ਸਕਦੇ ਹੋ, ਆਹ ਸਬਜ਼ੀ ਮੰਡੀ ਸੀ ਸਾਰੀ। ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ, ਮਿਹਰਬਾਨੀ, ਧੰਨਵਾਦ।